ਇਸ ਭਰਾ ਨੇ ਧਮਾਕਾ ਕੀਤਾ ਪਿਆ ਸਾਰੀ ਦੁਨੀਆ 'ਚ, ਔਰ ਆਪਾਂ ਇਹਦੇ ਨਾਲ ਆਪਣੀ ਫੁੱਲ ਸਪੋਰਟ ਹੈ। ਜਿੱਦਾਂ ਵੀ ਭਰਾ ਸਾਡੇ 'ਤੇ ਜੋ ਵੀ ਹੁਕਮ ਲਾਏਗਾ, ਅਸੀਂ ਹਮੇਸ਼ਾ ਇਹਦੇ ਨਾਲ ਰੈਡੀ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਔਰ ਮੈਂ ਹਾਂ ਤੁਹਾਡੇ ਨਾਲ ਮੀਤ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤਾਨਿਆ। ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਜਿਸ ਦੇ ਰਾਹੀਂ ਕੋਈ ਵੀ ਬੰਦਾ ਰਾਤੋ ਰਾਤ ਕਾਫੀ ਜ਼ਿਆਦਾ ਨੇਮ ਔਰ ਫੇਮ ਹਾਸਿਲ ਕਰ ਸਕਦਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਨੀਟੂ ਸ਼ਟਰਾਂ ਵਾਲੇ ਦੀ। ਨੀਟੂ ਸ਼ਟਰਾਂ ਵਾਲਾ ਚਾਹੇ ਹੋਵੇ ਟਿਕਟੋਕ, ਚਾਹੇ ਹੋਵੇ ਫੇਸਬੁੱਕ, ਚਾਹੇ ਹੋਵੇ ਯੂਟਿਊਬ, ਹਰ ਪਾਸੇ ਇਸ ਟਾਈਮ ਉਹਨਾਂ ਦੀ ਚੜ੍ਹਾਈ ਹੈ। ਭਾਵੇਂ ਲੋਕ ਸਭਾ ਤੱਕ ਤਾਂ ਨਹੀਂ ਪਹੁੰਚ ਪਾਇਆ ਨੀਟੂ ਸ਼ਟਰਾਂ ਵਾਲਾ, ਪਰ ਲੋਕਾਂ ਦੇ ਦਿਲਾਂ ਦੇ ਵਿੱਚ ਜਿੱਤ ਗਿਆ ਅਤੇ ਆਮ ਜਨਤਾ ਦੇ ਨਾਲ ਨਾਲ ਇਸ ਨੂੰ ਵੱਡੇ ਵੱਡੇ ਸੈਲੀਬ੍ਰਿਟੀਜ਼ ਕਰ ਰਹੇ ਨੇ ਸਪੋਰਟ। ਗੱਲ ਕੀਤੀ ਜਾਵੇ ਜੇਕਰ ਦ ਗ੍ਰੇਟ ਖਲੀ ਦੀ, ਜਾਂ ਹੁਣ ਪਰਮੀਸ਼ ਵਰਮਾ, ਜਾਂ ਹੁਣ ਸੁਰਾਂ ਦੇ ਬਾਦਸ਼ਾਹ ਕਹੇ ਜਾਣ ਵਾਲੇ ਮਾਸਟਰ ਸਲੀਮ। ਜੀ ਹਾਂ, ਮਾਸਟਰ ਸਲੀਮ ਨੇ ਹਾਲ ਹੀ 'ਚ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹ ਨੀਟੂ ਸ਼ਟਰਾਂ ਵਾਲੇ ਦੀ ਸਪੋਰਟ ਕਰ ਰਹੇ ਨੇ, ਅਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਉਹ ਨੀਟੂ ਸ਼ਟਰਾਂ ਵਾਲੇ ਲਈ ਕੰਪੇਨਿੰਗ ਵੀ ਕਰਨਗੇ। ਸੋ ਦੇਖੋ ਜੀ, ਦੈਨਿਕ ਸਵੇਰਾ ਟੀਵੀ ਦੀ ਇੱਕ ਖਾਸ ਰਿਪੋਰਟ। ਇਹ ਸਾਡਾ ਬੰਦਾ, ਸਾਡਾ ਭਰਾ ਹੈ, ਇਹਦਾ ਨਾਂ ਹੈਗਾ ਨੀਟੂ ਸ਼ਟਰਾਂ ਵਾਲਾ। ਇਸ ਭਰਾ ਨੇ ਧਮਾਕਾ ਕੀਤਾ ਪਿਆ ਸਾਰੀ ਦੁਨੀਆ 'ਚ, ਔਰ ਆਪਾਂ ਇਹਦੇ ਨਾਲ ਆਪਣੀ ਫੁੱਲ ਸਪੋਰਟ ਹੈ। ਜਿੱਦਾਂ ਵੀ ਭਰਾ ਸਾਡੇ 'ਤੇ ਜੋ ਵੀ ਹੁਕਮ ਲਾਏਗਾ, ਅਸੀਂ ਹਮੇਸ਼ਾ ਇਹਦੇ ਨਾਲ ਰੈਡੀ ਹਾਂ। ਔਰ ਜੇ ਅਗਲੀ ਵਾਰੀ ਵੋਟਾਂ 'ਤੇ ਵੀ ਖੜਿਆ ਹੋਇਆ ਤਾਂ ਅਸੀਂ ਇਹਦਾ ਸਾਥ ਦੇਵਾਂਗੇ, ਇਹਦੀ ਮਸ਼ਹੂਰੀ ਕਰਾਂਗੇ, ਕੰਪੇਨਿੰਗ ਕਰਾਂਗੇ ਭਰਾ ਦੀ ਪੂਰੀ ਪੂਰੀ। ਮੈਂ ਵੀ ਨਾਲ ਹਾਂ, ਪਰਮੀਸ਼ ਵਰਮਾ ਭਰਾ ਨਾਲ ਹੈ, ਖਲੀ ਵੀਰਾ ਨਾਲ ਹੈ, ਹੋਰ ਬਹੁਤ ਅੱਛੇ ਅੱਛੇ ਲੋਕ ਨਾਲ ਨੇ, ਸਨੀ ਦੋਲ ਸਾਹਿਬ ਨਾਲ ਨੇ, ਭਾ ਦੇ, ਅਸੀਂ ਸਾਰੇ ਹੀ ਨਾਲ ਹਾਂ। ਭਾ ਚੱਕ ਦੇ ਫੱਟੇ ਕੁਝ ਬੋਲ ਦਿਓ। ਸਰ ਨਮਸਕਾਰ, ਮੈਂ ਤੁਹਾਡਾ ਛੋਟਾ ਵੀ ਨੀਟੂ ਸ਼ਟਰਾਂ ਵਾਲਾ, ਪਰ ਮੈਂ ਕਹਿੰਦਾ ਮੇਰੇ ਨਾਲ ਇੱਦਾਂ ਹੀ ਬਣਾ ਕੇ ਰੱਖੋ, ਔਰ ਇਕੱਲੇ ਇਕੱਲੇ ਤੁਹਾਡੀ ਲੋੜਾ ਫੇਸਬੁੱਕ 'ਤੇ ਔਰ ਵਟਸਐਪ 'ਤੇ ਟਿਕਟੋਕ ਦੇ ਉੱਤੇ ਲੱਗੇ ਰਹੋ। ਪਰ ਇਹ ਆ ਕਿ ਆਪਣੇ ਹੁਣ ਕੰਮ ਨਹੀਂ ਆਪਣਾ ਭੁੱਲਣਾ, ਕੰਮ ਕਰਨਾ ਆਪਾਂ, ਅਤੇ ਨਾਲੇ ਆਪਾਂ ਘਰ ਦਾ ਵੀ ਆਪਣਾ ਸੋਚਣਾ ਵਾ, ਅਤੇ ਇਸ ਕਰਕੇ ਮਿਹਰਬਾਨੀ, ਸ਼ੁਕਰੀਆ। ਇਹ ਸੀ ਸਾਡੇ ਨੀਟੂ ਭਾਅ ਜੀ ਸ਼ਟਰਾਂ ਵਾਲੇ। ਹਾਂ ਨੀਟੂ ਭਾਅ ਜੀ, ਕੀ ਕਹਿਣਾ ਚਾਹੋਗੇ? ਮੈਂ ਕਹਿੰਦਾ ਵੀ ਟਿਕਟੋਕ 'ਤੇ ਲੱਗੇ ਰਹੋ, ਔਰ ਸਲੀਮ ਭਾਅ ਜੀ ਨੂੰ ਵੀ ਬੜਾ ਹਿੱਟ ਕਰੋ, ਇਹਨਾਂ ਦੇ ਮਾਂ ਸਰਸਵਤੀ ਇਹਨਾਂ ਦੇ ਵਿਰਾਜਮਾਨ ਹੈ, ਔਰ ਇਹਨਾਂ ਨੂੰ ਅਸੀਂ ਐਸੀ ਜਗ੍ਹਾ ਲੈ ਕੇ ਜਾਣਾ ਦਿਲਾਂ 'ਚ ਵਸਾਉਣਾ ਜਿੱਦਾਂ ਮੈਨੂੰ ਵਸਾਇਆ ਤੁਸੀਂ। ਵਾਹ। ਤਾਂ ਇਹ ਸੀ ਉਹ ਵੀਡੀਓ ਜੋ ਨੀਟੂ ਸ਼ਟਰਾਂ ਵਾਲੇ ਦੇ ਨਾਲ ਮਾਸਟਰ ਸਲੀਮ ਨੇ ਪੋਸਟ ਕੀਤੀ ਹੈ। ਹੋ ਸਕਦਾ ਮਾਸਟਰ ਸਲੀਮ ਤੇ ਨੀਟੂ ਸ਼ਟਰਾਂ ਵਾਲੇ ਦੀ ਜੋੜੀ ਸਾਨੂੰ ਇੱਕ ਗਾਣੇ ਦੇ ਵਿੱਚ ਵੀ ਨਜ਼ਰ ਆ ਜਾਵੇ, ਇਹ ਤਾਂ ਵਕਤ ਆਉਂਦੇ ਖੁਦ ਹੀ ਪਤਾ ਚੱਲ ਜਾਏਗਾ। ਫਿਲਹਾਲ ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ, ਸਾਡੇ ਵੱਲੋਂ ਵਿਦਾ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ।